ਆਤਮ ਵਿਸ਼ਵਾਸ ਵਰਗਾ ਹੋਰ ਕੋਈ ਮਿੱਤਰ ਨਹੀਂ ਆਤਮ ਵਿਸ਼ਵਾਸ ਦੇ ਕਾਰਨ ਕਠਿਨ ਮਾਰਗ ਵੀ ਆਸਾਨ ਹੋ ਜਾਂਦੇ ਹਨ ਰੁਕਾਵਟਾਂ ਵੀ ਮੰਜ਼ਲ ਤੇ ਪਹੁੰਚਣ ਵਾਲੀਆਂ ਪੌੜੀਆਂ ਬਣ ਜਾਂਦੀਆਂ ਹਨ ਸਵਾਮੀ ਵਿਵੇਕਾਨੰਦ ਪੁਸਤਕ ਦਾ ਨਾਮ ਉન્નਤੀ ਦੇ ਤਿੰਨ ਗੁਣ ਚਾਰ ਚਰਨ ਪੁਸਤਕ ਦੀ ਜਾਣਕਾਰੀ ਜਦੋਂ ਵੀ ਜੀਵਨ ਵਿੱਚ ਕਠਿਨਾਈਆਂ ਜਾਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਅਸੀਂ ਸਾਰੇ ਆਪੋ ਆਪਣੇ ਢੰਗ ਤੋਂ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਦੇ ਹਾਂ ਪਰ ਜੇਕਰ ਅਸੀਂ ਇਸ ਦੇ ਲਈ ਦੂਜਿਆਂ ਦੇ ਆਸਰੇ ਰਹਿੰਦੇ ਹਾਂ ਇਹ ਸਮਝਦੇ ਹਾਂ ਕਿ ਸਾਡੇ ਕਸ਼ਟਾਂ ਨੂੰ ਹੋਰ ਕੋਈ ਦੂਰ ਕਰੇਗਾ ਉਦੋਂ ਤੱਕ ਅਸੀਂ ਬਹੁਤ ਜ਼ਿਆਦਾ ਭਰਮ ਵਿੱਚ ਰਹਿੰਦੇ ਹਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਸਾਡੇ ਆਪਣੇ ਅੰਦਰ ਹਨ ਦੂਜੇ ਲੋਕਾਂ ਤੋਂ ਇਹ ਉਮੀਦ ਕਰਨ ਦੀ ਬਜਾਏ ਜੇ ਅਸੀਂ ਆਪਣੇ ਵਿੱਚ ਯੋਗਤਾ ਪੈਦਾ ਕਰ ਲਈਏ ਤਾਂ ਅਚਾਨਕ ਬਿਨਾਂ ਮੰਗੇ ਹੀ ਉਹ ਇੱਛਾਵਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਆਪਣੀ ਕਿਸਮਤ ਨੂੰ ਜਿਸ ਤਰ੍ਹਾਂ ਲਿਖਣਾ ਚਾਹੋ ਉਹ ਤੁਹਾਡੇ ਆਪਣੇ ਹੱਥ ਦੀ ਗੱਲ ਹੈ ਤੁਹਾਡੇ ਸਾਹਮਣੇ ਪੇਸ਼ ਹੈ ਅੱਜ ਤੱਕ ਜੋ ਸਾਨੂੰ ਉન્નਤੀ ਦੇ ਤਿੰਨ ਗੁਣ ਅਤੇ ਚਾਰ ਚਰਨ ਬਾਰੇ ਦੱਸਦੀ ਹੈ ਜਿਨ੍ਹਾਂ ਦੇ ਰਾਹੀਂ ਅਸੀਂ ਜੀਵਨ ਦੀਆਂ ਕਠਿਨਾਈਆਂ ਨੂੰ ਪਾਰ ਕਰਦੇ ਹੋਏ ਸਫਲ ਹੋ ਸਕਦੇ ਹਾਂ ਅਤੇ ਆਪਣੀ ਸਾਰੀ ਮੁਸ਼ਕਲਾਂ ਨੂੰ ਆਪਣੇ ਅਨੁਕੂਲ ਬਦਲ ਸਕਦੇ ਹਨ ਪੁਸਤਕ ਦੇ ਕੁਝ ਅੰਸ਼ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਬਲ ਦਾ ਨਾਂ ਹੈ ਆਤਮ ਬਲ ਅਲ ਦੀ ਘਾਟ ਵਿੱਚ ਸਾਰੀਆਂ ਭੌਤਿਕ ਸ਼ਕਤੀਆਂ ਅਤੇ ਪ੍ਰਾਪਤੀਆਂ ਸਿਰਫ ਬੋਝ ਬਣ ਜਾਂਦੀਆਂ ਹਨ ਸਿਰਫ ਬਲਵਾਨ ਹੋਣਾ ਹੀ ਕਾਫੀ ਨਹੀਂ ਬਲਕਿ ਸਹੀ ਦਿਸ਼ਾ ਵਿੱਚ ਸਦੋਪਯੋਗ ਹੋਣਾ ਹੀ ਉਹ ਹੁਨਰ ਹੈ ਜਿਸ ਦੇ ਆਧਾਰ ਤੇ ਸ਼ਕਤੀ ਦਾ ਲਾਭ ਉਠਾਇਆ ਜਾ ਸਕਦਾ ਹੈ ਆਤਮਾ ਦੀ ਕਮੀ ਵਿੱਚ ਸਰੀਰ ਦੀ ਕੀਮਤ ਦੋ ਕੀਮਤ ਦੋ ਕੋੜੀ ਦੀ ਵੀ ਨਹੀਂ ਰਹਿੰਦੀ ਇਸੇ ਤਰ੍ਹਾਂ ਆਤਮ ਬਲ ਦੀ ਘਾਟ ਵਿੱਚ ਸਰੀਰ ਬਲ ਸਿਰਫ ਖੇਲਵਾੜ ਬਣ ਕੇ ਰਹਿ ਜਾਂਦਾ ਹੈ ਉਹ ਕਿਸੇ ਕੋਲ ਕਿੰਨੀ ਮਾਤਰਾ ਵਿੱਚ ਕਿਉਂ ਨਾ ਹੋਵੇ ਉਸ ਨੂੰ ਸੁੱਖ ਨਹੀਂ ਮਿਲ ਸਕਦਾ ਆਦਰਸ਼ਾਂ ਅਤੇ ਸਿਧਾਂਤਾਂ ਤੇ ਕਾਇਮ ਰਹਿਣਾ ਕਿਸੇ ਵੀ ਲਾਲਚ ਅਤੇ ਕਸ਼ਟ ਦੇ ਦਬਾਅ ਵਿੱਚ ਕੁਰਾਹੇ ਨਾ ਪੈਣਾ ਗੌਰਵ ਦੇ ਮੁਤਾਬਕ ਸੋਚਣਾ ਅਤੇ ਕਰਨਾ ਆਉਣ ਵਾਲੇ ਭਵਿੱਖ ਦੇ ਨਿਰਮਾਣ ਦੇ ਲਈ ਅੱਜ ਦੀਆਂ ਅਸੁਵਿਧਾਵਾਂ ਨੂੰ ਧੀਰਜ ਅਤੇ ਖੁਸ਼ੀ ਨਾਲ ਸਹਿਣ ਕਰਨ ਦਾ ਨਾਮ ਹੀ ਆਤਮਬਲ ਹੈ ਜੋ ਚਰਿੱਤਰਵਾਨ ਹੈ ਕਰੁਣਾ ਦਿਆਲਤਾ ਤੋਂ ਭਰਪੂਰ ਹੈ ਉਦਾਰਤਾ ਅਤੇ ਸਨੇਹ ਤੋਂ ਪੂਰਨ ਸ਼ਖਸੀਅਤ ਆਤਮਬਲ ਦੇ ਹੀ ਪ੍ਰਤੀਕ ਹਨ ਆਤਤਮਬਲ ਉਹ ਬਲ ਹੈ ਜਿਸ ਦਾ ਜਿੰਨਾ ਅੰਸ਼ ਮਨੁੱਖ ਦੇ ਕੋਲ ਹੋਵੇਗਾ ਉਨਾਂ ਹੀ ਉਹ ਆਪਣੇ ਵਿਵੇਕ ਨੂੰ ਜਾਗਰਿਤ ਕਰਨ ਵਿੱਚ ਸਮਰਥ ਹੋਵੇਗਾ ਹਿੰਮਤ ਵਿੱਚ ਸਭ ਤੋਂ ਵੱਡੀ ਤਾਕਤ ਆਪਣੇ ਗੁਣ ਕਰਮ ਸੁਭਾਅ ਨੂੰ ਸੰਸਕਾਰवान ਬਣਾਉਣਾ ਹੈ ਜਿਸ ਨੇ ਆਪਣੇ ਆਪ ਨੂੰ ਸੁਧਾਰ ਲਿਆ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਜਾਂਦੀਆਂ ਹਨ ਜਿਸ ਨੇ ਆਪਣਾ ਨਿਰਮਾਣ ਕਰ ਲਿਆ ਉਸ ਨੂੰ ਹਰ ਪਾਸੇ ਸਫਲਤਾ ਸਹਿਜੇ ਹੀ ਮਿਲ ਜਾਂਦੀ ਹੈ ਆਤਮਾ ਅਨੰਤ ਸ਼ਕਤੀ ਦਾ ਭੰਡਾਰ ਹੈ ਦੁਨੀਆ ਦੀ ਅਜਿਹੀ ਕੋਈ ਵੀ ਸ਼ਕਤੀ ਅਤੇ ਸਮਰਥ ਨਹੀਂ ਜੋ ਇਸ ਭੰਡਾਰ ਵਿੱਚ ਨਾ ਹੋਵੇ ਹੋਵੇ ਵੀ ਕਿਉਂ ਨਾ ਆਤਮਾ ਪਰਮਾਤਮਾ ਦਾ ਅੰਸ਼ ਜੋ ਹੁੰਦੀ ਹੈ ਸਾਰੀ ਸ਼ਕਤੀ ਸਮਰਥ ਅਤੇ ਸਾਰੇ ਗੁਣ ਉਸ ਇੱਕ ਪਰਮਾਤਮਾ ਵਿੱਚ ਹੀ ਹੁੰਦੇ ਹਨ ਅਤੇ ਉਸੇ ਤੋਂ ਪ੍ਰਭਾਵਿਤ ਹੋ ਕੇ ਸੰਸਾਰ ਵਿੱਚ ਆਉਂਦੇ ਹਨ ਸੰਸਾਰ ਵਿੱਚ ਕੋਈ ਵੀ ਮਨੁੱਖ ਉਦੋਂ ਤੱਕ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੇ ਮਨ ਵਿੱਚ ਇਹ ਡ੍ਰਿੜ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਇਸ ਕੰਮ ਨੂੰ ਕਰਨਾ ਚਾਹੁੰਦਾ ਹਾਂ ਉਸ ਵਿੱਚ ਜ਼ਰੂਰ ਸਫਲ ਹੋਵਾਂਗਾ आत्मविश्वास ਵਿੱਚ ਉਹ ਤਾਕਤ ਹੈ ਜੋ ਹਜ਼ਾਰ ਮੁਸੀਬਤਾਂ ਦਾ ਸਾਹਮਣਾ ਕਰ ਸਕਦੀ ਹੈ ਅਤੇ ਉਹਨਾਂ ਤੇ ਨਿਸ਼ਚਿਤ ਰੂਪ ਤੋਂ ਜਿੱਤ ਹਾਸਲ ਕਰ ਸਕੀ ਹੈ। ਇਹ ਹੀ ਮਨੁੱਖ ਦਾ ਸੱਚਾ ਮਿੱਤਰ ਅਤੇ ਉਸ ਦੀ ਸਭ ਤੋਂ ਵੱਡੀ ਦੌਲਤ ਹੈ। ਕਾਇਰ ਇੱਕ ਵਾਰ ਜੀਉਂਦਾ ਹੈ ਅਤੇ ਬਾਰ-ਬਾਰ ਮਰਦਾ ਹੈ ਪਰ ਆਤਮਵਿਸ਼ਵਾਸੀ ਇੱਕ ਵਾਰ ਜਨਮ ਇੱਕ ਵਾਰ ਜਨਮ ਲੈਂਦਾ ਹੈ, ਇੱਕ ਵਾਰ ਹੀ ਮਰਦਾ ਹੈ। ਪੁਸਤਕ ਦੇ ਕੁਝ ਬਿੰਦੂ ਤਿੰਨ ਗੁਣ ਆਤਮਬਲ, ਆਤਮਵਿਸ਼ਵਾਸ, ਆਤਮਨਿਰਭਰਤਾ, ਚਾਰ ਚਰਨ ਸਮਝਦਾਰੀ ਇਮਾਨਦਾਰੀ ਜ਼ਿੰਮੇਵਾਰੀ ਬਹਾਦਰੀ